अज दिल कीता तुहानू एक कहानी सुनावा। इस कहानी का नाम भी मैं खुद ही रख लिया, जज साहिब ते मां। एक जज साहिब अपनी मां नू एक बुढ़ापा घर, जिसनू के हिंदी दे विच आश्रम भी कह दिता जांदा है, जा अंग्रेजी दे विच ओल्ड एज होम भी कहिंदे ने, उत्थे छड्डन पहुंचदे हन। उस बुढ़ापा घर का जिहड़ा चौकीदार हुंदा है, जदों उस नू पता चलदा है कि एक जज साहब अपनी मां नू इस ओल्ड एज होम दे विच सदा लई छड्डन आ गए हन, तां उसका मन बहुत दुखी हुंदा है ते ओ जज साहब नू पुछदा कि इसका की कारण है। तां जज साहब भावुक हो जांदे ने ते उन्हां दीआं अक्खां चों हंझू आ जांदे ने। ओहो चौकीदार नू दसदे हन कि मेरी घरवाली मेरी मां नू बिल्कुल भी पसंद नहीं करदी ते इन्हां नाल गल्लबात भी नहीं करदी ते इन्हां नू बहुत ही ताने मेणे मारदी है, जिस कारण इसने अपने दोनों बच्चियां नू मेरे दोनों बच्चियां नू भी मां नाल गल करन तों रोक दित्ता है, जिस कारण जब तक मैं दफ्तरों वापस नहीं आंदा मां अपनी पई रोंदी रहिंदी है ते मैनू जदों मैं दफ्तरों आना जदों यह गल दसदी है तां मेरा मन बहुत दुखी हुंदा है ते मां बस इक्को गल कहिंदी रहिंदी है कि पुत मैनू किसे आश्रम दे विच किसे ओल्ड एज होम दे विच किसे बुढ़ापा घर दे विच छड्डिया तूं। अज मैं मन पक्का करके मां नू इत्थे छड्डण आया। ਤਾਂ ਤੁਸੀਂ ਸੁਣੋ ਉਸ ਚੌਕੀਦਾਰ ਦਾ ਕਿੰਨਾ ਵੱਡਾ ਇੱਕ ਕੁਐਸਚਨ ਸੀਗਾ, ਇੱਕ ਪ੍ਰੈਸ਼ਨ ਸੀ ਇੱਕ ਜੱਜ ਨੂੰ। ਉਹ ਜੱਜ ਸਾਹਿਬ ਨੂੰ ਕਹਿੰਦਾ, ਜੱਜ ਸਾਹਿਬ ਜਦੋਂ ਤੁਹਾਨੂੰ ਪਤਾ ਕੀ ਠੀਕ ਹੈ ਤੇ ਕੀ ਗਲਤ ਹੈ ਤੇ ਤੁਸੀਂ ਘਰ ਦੇ ਵਿੱਚ ਹੀ ਇੱਕ ਸਹੀ ਫੈਸਲਾ ਨਹੀਂ ਲੈ ਸਕੇ ਤਾਂ ਕੋਰਟ ਦੇ ਵਿੱਚ ਤੁਸੀਂ ਕਿਹੜੇ ਸਹੀ ਫੈਸਲੇ ਲੈਂਦੇ ਹੋਵੋਗੇ। ਜੱਜ ਸਾਹਿਬ ਦੇ ਦਿਲ ਨੂੰ ਇਹ ਗੱਲ ਲੱਗ ਗਈ, ਹਲੂਣ ਦਿੱਤਾ ਜੱਜ ਸਾਹਿਬ ਦੀ ਆਤਮਾ ਨੂੰ ਇਸ ਗੱਲ ਨੇ। ਉਹ ਘਰੇ ਪਹੁੰਚਦੇ ਹਨ ਅਤੇ ਘਰੇ ਜਾ ਕੇ ਆਪਣੇ ਕਮਰੇ ਦੇ ਵਿੱਚ ਪੈ ਜਾਂਦੇ ਹਨ। ਉਹਨਾਂ ਦੀ ਰੂਹ ਰੋ ਰਹੀ ਹੈ। ਉਹ ਦੋ ਦਿਨ ਆਪਣੇ ਘਰ ਦੇ ਉਸ ਕਮਰੇ ਚੋਂ ਨਹੀਂ ਨਿਕਲਦੇ ਤੇ ਉਹ ਕਚਹਿਰੀ ਵੀ ਨਹੀਂ ਜਾਂਦੇ, ਨਾ ਕੁਛ ਖਾਂਦੇ ਪੀਂਦੇ ਨੇ ਤੇ ਦੋ ਦਿਨਾਂ ਬਾਅਦ ਉਹ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਦੇ ਨੇ। ਸਾਹਮਣੇ ਉਹਨਾਂ ਦੇ ਦੋਨੋਂ ਬੱਚੇ ਤੇ ਹੱਥ ਦੇ ਵਿੱਚ ਖਾਣੇ ਦੀ ਥਾਲੀ ਲੈ ਕੇ ਉਹਨਾਂ ਦੀ ਪਤਨੀ ਖੜੀ ਹੈ। ਜੱਜ ਸਾਹਿਬ ਦੇ ਹੱਥ ਦੇ ਵਿੱਚ ਦੋ ਕਾਗਜ਼ ਹਨ। ਪਹਿਲਾ ਕਾਗਜ਼ ਉਹ ਆਪਣੀ ਪਤਨੀ ਨੂੰ ਫੜਾਉਂਦੇ ਹਨ, ਜਿਸ ਦੇ ਵਿੱਚ ਲਿਖਿਆ ਹੈ ਕਿ ਮੈਂ ਤੈਨੂੰ ਤਲਾਕ ਦੇ ਰਿਹਾ ਹਾਂ। ਇਹ ਕਾਗਜ਼ ਦੇਖਦੇ ਸਾਰ ਹੀ ਉਹਨਾਂ ਦੀ ਪਤਨੀ ਦੇ ਹੱਥ ਚੋਂ ਰੋਟੀ ਦੀ ਉਹ ਥਾਲੀ ਭੁੰਜੇ ਗਿਰ ਜਾਂਦੀ ਹੈ। ਦੂਸਰੇ ਜਿਹੜੇ ਦੋ ਕਾਗਜ਼ ਹਨ ਉਹ ਆਪਣੇ ਦੋਨੇ ਬੱਚਿਆਂ ਨੂੰ ਫੜਾਉਂਦੇ ਹਨ, ਜਿਸ ਵਿੱਚ ਲਿਖਿਆ ਹੈ ਕਿ ਮੈਂ ਆਪਣੀ ਸਾਰੀ ਜਾਇਦਾਦ ਤੁਹਾਡੇ ਨਾਮ ਕਰ ਰਿਹਾ ਹਾਂ। ਬੱਚੇ ਰੋਂਦੇ ਹਨ, ਉਹਨਾਂ ਨੂੰ ਖਿੱਚ ਕੇ ਸੋਫੇ ਤੇ ਬਿਠਾਉਂਦੇ ਹਨ, ਹਾੜੇ ਕੱਢਦੇ ਹਨ, ਕਹਿੰਦੇ ਹਨ ਕਿ ਸਾਨੂੰ ਮਾਫ਼ ਕਰ ਦਿਓ, ਸਾਨੂੰ ਗੱਲ ਤਾਂ ਦੱਸੋ ਕੀ ਹੋਈ ਹੈ। ਜੱਜ ਸਾਹਿਬ ਆਖਦੇ ਹਨ, ਤੁਹਾਨੂੰ ਅੱਜ ਤੱਕ ਵੀ ਗੱਲ ਨਹੀਂ ਪਤਾ ਚੱਲੀ, ਹਜੇ ਵੀ ਤੁਸੀਂ ਮੇਰੇ ਤੋਂ ਗੱਲ ਪੁੱਛਦੇ ਹੋ। ਮੇਰੀ ਮਾਂ ਵਿਚਾਰੀ, ਜਿਸ ਨੇ ਪਤਾ ਨਹੀਂ ਲੋਕਾਂ ਦੇ ਘਰਾਂ ਵਿੱਚ ਜੂਠੇ ਭਾਂਡੇ ਮਾਂਜ ਕੇ ਮੈਨੂੰ ਪਾਲਿਆ ਤੇ ਮੈਨੂੰ ਇੱਕ ਮਿੰਟ ਲਈ ਵੀ ਆਪਣੇ ਤੋਂ ਦੂਰ ਨਾ ਕੀਤਾ ਤੇ ਮੈਨੂੰ ਅੱਜ ਜੱਜ ਤੋਂ ਜੱਜ ਸਾਹਿਬ ਲੋਕ ਕਹਿਣ ਲੱਗ ਗਏ, ਜੱਜ ਕਹਿਣ ਲੱਗ ਗਏ ਤੇ ਸਾਰਾ ਕਾਰਨ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਮੇਰੀ ਮਾਂ ਨੂੰ ਜਾਂਦਾ ਹੈ। ਉਹ ਆਪ ਭੁੱਖੇ ਪੇਟ ਸੌਂਦੀ ਸੀ ਤੇ ਮੈਨੂੰ ਖਵਾਉਂਦੀ ਸੀ ਤੇ ਮੇਰੀ ਹਰ ਚੀਜ਼ ਦਾ ਖਿਆਲ ਰੱਖਦੀ ਸੀ ਤੇ ਤੁਹਾਨੂੰ ਅੱਜ ਸ਼ਰਮ ਨਹੀਂ ਆਈ ਕਿਹੜੇ ਬੇਗਾਨੇ ਲੋਕਾਂ ਦੇ ਕੋਲ ਮੈਂ ਉਹਨੂੰ ਛੱਡ ਆਇਆ ਤੇ ਮੇਰੀ ਮਾਂ ਨੂੰ ਕਿੰਨੀਆਂ ਬਿਮਾਰੀਆਂ, ਉਹਨਾਂ ਲੋਕਾਂ ਨੂੰ ਤਾਂ ਵਿਚਾਰੇ ਆਸ਼ਰਮ ਦੇ ਜਿਹੜੇ ਉੱਥੇ ਸੇਵਕ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਮੇਰੀ ਮਾਂ ਨੂੰ ਕਿਹੜੀ ਬਿਮਾਰੀ ਹੈ ਤੇ ਕਿਹੜੀ ਦਵਾਈ ਦੇਣੀ ਹੈ। ਅੱਜ ਮੇਰਾ ਮਨ ਬਹੁਤ ਦੁਖੀ ਹੈ ਤੇ ਮੈਂ ਆਪਣਾ ਸਾਰਾ ਕੁਛ ਤੁਹਾਨੂੰ ਦੇ ਕੇ ਅੱਜ ਸਦਾ ਲਈ ਤੁਹਾਨੂੰ ਛੱਡ ਕੇ ਆਪਣੀ ਮਾਂ ਕੋਲ ਜਾ ਰਿਹਾ ਹਾਂ ਤੇ ਉਸ
ਬੁਢਾਪਾ ਘਰ ਦੇ ਵਿੱਚ ਜਾ ਕੇ ਮੈਂ ਆਪਣੀ ਮਾਂ ਦੀ ਸੇਵਾ ਕਰਾਂਗਾ। ਉਸ ਜੱਜ ਸਾਹਿਬ ਦੀ ਪਤਨੀ ਨੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਪਰ ਜੱਜ ਸਾਹਿਬ ਨਾ ਮੰਨੇ ਤੇ ਉਹ ਆਸ਼ਰਮ ਪਹੁੰਚ ਗਏ। ਚੌਕੀਦਾਰ ਨੇ ਜਦੋਂ ਦੇਖਿਆ ਕਿ ਜੱਜ ਸਾਹਿਬ ਇੰਨੀ ਰਾਤ ਨੂੰ ਕਿਉਂ ਇਸ ਬੁਢਾਪਾ ਘਰ ਦੇ ਵਿੱਚ ਆ ਗਏ ਹਨ, ਜੱਜ ਸਾਹਿਬ ਇੱਕਦਮ ਆਪਣੀ ਮਾਂ ਦੇ ਕੋਲ ਪਹੁੰਚੇ। ਜਦੋਂ ਉਹਨਾਂ ਨੇ ਦੇਖਿਆ ਤੇ ਸੁਣਿਆ ਕਿ ਉਹਨਾਂ ਦੀ ਮਾਂ ਰੋ ਕੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਫੋਟੋ ਆਪਣੇ ਨਾਲ ਲਈ ਸੁੱਤੀ ਪਈ ਹੈ ਤਾਂ ਉਹਨਾਂ ਦੇ ਮਨ ਨੂੰ ਹੋਰ ਵੀ ਜ਼ਿਆਦਾ ਦੁੱਖ ਹੋਇਆ। ਉਹਨਾਂ ਦਾ ਮਨ ਸੋਚਣ ਲੱਗਿਆ ਕਿ ਮੈਂ ਜੱਜ ਬਣ ਕੇ ਜੱਜ ਸਾਹਿਬ ਕਹਾ ਕੇ ਕੀ ਲੈਣਾ ਜਦ ਮੈਨੂੰ ਜ਼ਿੰਦਗੀ ਦੇ ਵਿੱਚ ਆਪਣੀ ਮਾਂ ਦਾ ਆਸ਼ੀਰਵਾਦ ਹੀ ਨਹੀਂ ਮਿਲਿਆ। ਬਹੁਤ ਹੀ ਮਨ ਦੁਖੀ ਸੀ ਤੇ ਪਿੱਛੇ ਪਿੱਛੇ ਉਹਨਾਂ ਦੇ ਬੱਚੇ ਤੇ ਉਹਨਾਂ ਦੀ ਪਤਨੀ ਵੀ ਆ ਗਏ ਤੇ ਇਸ ਕਾਰਨ ਕਿਉਂਕਿ ਰਾਤ ਦਾ ਸਮਾਂ ਸੀ ਉੱਥੇ ਸਾਰੇ ਜਿਹੜੇ ਆਸ਼ਰਮ ਦੇ ਲੋਕ ਸੀਗੇ ਉਹ ਵੀ ਇਕੱਠੇ ਹੋ ਗਏ ਤੇ ਹੁਣ ਉਹ ਪਤਨੀ ਕਹਿਣ ਲੱਗੀ ਕਿ ਮੈਂ ਮਾਤਾ ਨੂੰ ਆਪਣੀ ਨੂੰ ਨਾਲ ਲੈ ਕੇ ਜਾਣਾ ਹੈ, ਜੱਜ ਸਾਹਿਬ ਦੀ ਮਾਂ ਨੂੰ ਨਾਲ ਘਰ ਮੁੜ ਕੇ ਲੈ ਕੇ ਜਾਣਾ। ਤਾਂ ਆਸ਼ਰਮ ਦੇ ਲੋਕ ਕਹਿਣ ਲੱਗ ਗਏ, ਕਹਿੰਦੇ ਅਸੀਂ ਨਹੀਂ ਭੇਜਣਾ ਕਿਉਂਕਿ ਸਾਨੂੰ ਨਹੀਂ ਪਤਾ, ਕੀ ਪਤਾ ਤੁਸੀਂ ਮਾਂ ਨੂੰ ਜੱਜ ਸਾਹਿਬ ਦੀ ਮਾਂ ਨੂੰ ਕਿਤੇ ਮਾਰ ਹੀ ਨਾ ਦਿਓ। ਤਾਂ ਉਹ ਕਹਿਣ ਲੱਗੀ, ਕਹਿੰਦੀ ਹੁਣ ਜਿਹੜਾ ਮੇਰਾ ਫਰਜ਼ ਸ਼ੁਰੂ ਹੁੰਦਾ ਮੈਨੂੰ ਸਮਝ ਆ ਗਈ ਹੈ। ਉਹਦੀਆਂ ਅੱਖਾਂ ਦੇ ਵਿੱਚ, ਜੱਜ ਸਾਹਿਬ ਦੀ ਪਤਨੀ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਕਿ ਹੁਣ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਮੇਰਾ ਫਰਜ਼ ਹੈ ਤੇ ਕਰਜ਼ ਹੈ ਉਹ ਅਦਾ ਕਰਨ ਦਾ ਟਾਈਮ ਆ ਗਿਆ ਤੇ ਮੈਂ ਇਹਨਾਂ ਦਾ ਖਿਆਲ ਰੱਖੂੰਗੀ। ਤੇ ਉਹ ਉੱਥੋਂ ਰੁਖਸਤ ਹੋਣ ਲੱਗੇ ਤੇ ਰੁਖਸਤ ਹੋ ਗਏ, ਪਰ ਉੱਥੇ ਉਸ ਆਸ਼ਰਮ ਦੇ ਵਿੱਚ, ਉਸ ਬੁਢਾਪਾ ਘਰ ਦੇ ਵਿੱਚ, ਉਸ ਓਲਡ ਏਜ ਹੋਮ ਦੇ ਵਿੱਚ ਪਤਾ ਨਹੀਂ ਕਿੰਨੀਆਂ ਹੀ ਅੱਖਾਂ ਸੀ ਜੋ ਆਪਣੇ ਪੁੱਤ ਦੀ, ਆਪਣੀ ਧੀ ਦੀ ਉਡੀਕ ਕਰ ਰਹੀਆਂ ਸੀ। ਇਸ ਵੀਡੀਓ ਤੋਂ ਸਾਨੂੰ ਇਹੀ ਅਕਲ ਮਿਲਦੀ ਹੈ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਮਾਂ ਬਾਪ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਔਖਾ ਟਾਈਮ ਕੱਟ ਕੇ ਪਾਲਿਆ ਤੇ ਉਹਨਾਂ ਦੀ ਅਗਰ ਅਸੀਂ ਬੁਢਾਪੇ ਦੇ ਵਿੱਚ ਇੱਜ਼ਤ ਨਹੀਂ ਕਰਦੇ ਤਾਂ ਕੱਲ ਨੂੰ ਸਾਨੂੰ ਵੀ ਇੱਜ਼ਤ ਕਿਵੇਂ ਮਿਲੇਗੀ। ਜੱਜ ਸਾਹਿਬ ਨੇ ਇੱਕ ਗੱਲ ਜ਼ਰੂਰ ਆਪਣੀ ਪਤਨੀ ਨੂੰ ਕਦੇ ਕਹੀ ਸੀ ਜਿਸ ਟਾਈਮ ਉਹ ਘਰੋਂ ਨਿਕਲਣ ਲੱਗੇ ਸੀ ਕਿ ਕੱਲ ਨੂੰ ਤੇਰੇ ਨਾਲ ਵੀ ਇਹੀ ਹੋਣਾ, ਕੱਲ ਨੂੰ ਤੇਰੀ ਵੀ ਨੂੰਹ ਆਣੀ ਹੈ ਤੇ ਤੇਰੀ ਨੂੰਹ ਨੇ ਵੀ ਤੈਨੂੰ ਘਰੋਂ ਬਾਹਰ ਕੱਢ ਦੇਣਾ, ਕਿਉਂਕਿ ਇਹ ਕਰਮਾਂ ਦੀ ਖੇਡ ਹੈ, ਉਹੀ ਹੋਣਾ ਜੋ ਅਸੀਂ ਕਿਸੇ ਨਾਲ ਜੋ ਬੀਜਾਂਗੇ ਉਹੀ ਵੱਢਾਂਗੇ, ਇਹ ਗੱਲ ਸੱਚਾਈ ਹੈ। ਤੇ ਦੋ ਲਫ਼ਜ਼ ਜਿਹੜੇ, ਮਾਂ ਤੇਰਾ ਕਰਜ਼ ਮੁਝਸੇ ਅਦਾ ਕਿਆ ਹੋਗਾ, ਤੂੰ ਅਗਰ ਨਾਰਾਜ਼ ਹੈ ਤੋ ਖੁਸ਼ ਮੁਝਸੇ ਖੁਦਾ ਕਿਆ ਹੋਗਾ, ਤੋ ਮੁਝਸੇ ਖੁਸ਼ ਖੁਦਾ ਕਿਆ ਹੋਗਾ। ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੇਕਰ ਤੁਸੀਂ ਸੋਚਦੇ ਹੋ ਕਿ ਇਸ ਕਹਾਣੀ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿਸੇ ਦੀ ਜ਼ਿੰਦਗੀ ਬਦਲ ਸਕੇ।